ਤਾਂ ਕਿਸਾਨਾਂ ਦੇ ਪ੍ਰਦਰਸ਼ਨ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਨੂੰ ਸਾਂਝੀ ਕਰ ਰਹੇ ਹਾਂ। ਚੰਡੀਗੜ੍ਹ ਦੇ ਵਿੱਚ 60 ਦਿਨਾਂ ਲਈ ਧਾਰਾ 144 ਲਗਾ ਦਿੱਤੀ ਗਈ ਹੈ। ਜੀ ਹਾਂ, ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ 60 ਦਿਨਾਂ ਦੇ ਲਈ ਚੰਡੀਗੜ੍ਹ ਦੇ ਵਿੱਚ। ਸਿਟੀ ਬਿਊਟੀਫੁੱਲ ਦੇ ਵਿੱਚ ਧਾਰਾ 144 ਲੱਗੇਗੀ। 5 ਜਾਂ ਇਸ ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ, ਨਾ ਹੀ ਜਲੂਸ ਕੱਢ ਸਕਦੇ ਹੋ, ਪ੍ਰਦਰਸ਼ਨ ਨਹੀਂ ਕਰ ਸਕਦੇ, ਨਾ ਹੀ ਰੈਲੀਆਂ ਨਿਕਲਣਗੀਆਂ ਅਤੇ ਕੈਂਡਲ ਮਾਰਚ ਵੀ ਨਹੀਂ ਕਰ ਸਕਦੇ ਅਤੇ ਨਾ ਹੀ ਡਾਰ ਬਣਾ ਕੇ ਘੁੰਮ ਸਕਦੇ ਹੋ। ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਇਹ ਹੁਕਮ ਜਾਰੀ ਕੀਤੇ ਗਏ ਨੇ। ਚੰਡੀਗੜ੍ਹ ਦੇ ਅੰਦਰ ਕੋਈ ਵੀ ਟਰੈਕਟਰਾਂ ਦੀ ਮੂਵਮੈਂਟ ਨਹੀਂ ਹੋਵੇਗੀ, ਕਿਸਾਨਾਂ ਦੀ ਮੂਵਮੈਂਟ ਨਹੀਂ ਹੋਵੇਗੀ। ਪੁਲਿਸ ਨੂੰ ਸਖ਼ਤ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ, ਜੇ ਕੋਈ ਇਹਨਾਂ ਨਿਯਮਾਂ ਦੀ, ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਹਨਾਂ ਦੇ ਖਿਲਾਫ਼ ਬਣਦੀ ਧਾਰਾ ਦੇ ਤਹਿਤ ਕੇਸ ਵੀ ਦਰਜ ਕੀਤਾ ਜਾਵੇਗਾ। ਜੇ ਕੋਈ ਉਲੰਘਣਾ ਕਰੇਗਾ ਤਾਂ ਉਸ ਨੂੰ ਸਜ਼ਾ ਵੀ ਮਿਲੇਗੀ। ਤਾਂ ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੇ ਗਏ ਨੇ ਹੁਕਮ ਦਾ ਦੱਸ ਦਈਏ ਕਿ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦਿਆਂ ਵੱਡਾ ਫੈਸਲਾ ਲਿਆ ਗਿਆ ਹੈ। 60 ਦਿਨਾਂ ਦੇ ਲਈ ਦਾ ਸਿਟੀ ਬਿਊਟੀਫੁੱਲ ਯਾਨੀ ਕਿ ਚੰਡੀਗੜ੍ਹ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ। ਚੰਡੀਗੜ੍ਹ ਦੇ ਅੰਦਰ 5 ਤੋਂ ਵੱਧ ਲੋਕ ਇਕੱਠੇ ਖੜ੍ਹੇ ਨਹੀਂ ਹੋ ਸਕਦੇ, ਜਲੂਸ ਨਹੀਂ ਕੱਢ ਸਕਦੇ, ਪ੍ਰਦਰਸ਼ਨ ਨਹੀਂ ਕਰ ਸਕਦੇ, ਰੈਲੀਆਂ ਨਹੀਂ ਕੱਢ ਸਕਦੇ, ਸਾਰੀ ਚੀਜ਼ਾਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਤਾਂ ਵੱਡੀ ਖਬਰ ਹੈ ਕਿਸਾਨੀ ਅੰਦੋਲਨ ਦੇ ਨਾਲ ਜੁੜੀ ਹੋਈ, ਕਿਸਾਨਾਂ ਦੇ ਅੰਦੋਲਨ ਨੂੰ ਚੰਡੀਗੜ੍ਹ ਦੇ ਵਿੱਚ ਆਉਣ ਵਾਲੇ 60 ਦਿਨਾਂ ਦੇ ਲਈ ਧਾਰਾ 144 ਲਗਾ ਦਿੱਤੀ ਗਈ ਹੈ। ਕੋਈ ਵੀ ਕਿਸਾਨ ਦਾ ਟਰੈਕਟਰ ਜਾਂ ਫਿਰ ਕੋਈ ਲਾਠੀ ਡੰਡਾ ਕੋਈ ਵੀ ਹਥਿਆਰ ਤੁਸੀਂ ਕੈਰੀ ਨਹੀਂ ਕਰ ਸਕਦੇ ਚੰਡੀਗੜ੍ਹ ਦੇ ਵਿੱਚ, ਜੇਕਰ ਫੜੇ ਗਏ ਤਾਂ ਬਣਦੀ ਧਾਰਾ ਦੇ ਤਹਿਤ ਕੇਸ ਦਰਜ ਹੋਵੇਗਾ ਅਤੇ ਕਾਰਵਾਈ ਵੀ ਹੋਵੇਗੀ। ਤਾਂ ਵੱਡੀ ਖਬਰ ਹੈ, ਪੁਲਿਸ ਨੂੰ ਹੁਕਮ ਜਾਰੀ ਕਰ ਦਿੱਤੇ ਗਏ ਨੇ, ਪੁਲਿਸ ਮੈਜਿਸਟ੍ਰੇਟ ਦੇ ਹੁਕਮਾਂ ਨੂੰ ਮੰਨਦੇ ਹੋਏ ਪੁਲਿਸ ਦੇ ਵੱਲੋਂ ਨਾਕੇ ਲਗਾਏ ਗਏ ਨੇ, ਵੱਖ ਵੱਖ ਥਾਵਾਂ 'ਤੇ ਨਾਕੇ ਲਗਾ ਕੇ ਇਹਨਾਂ ਹੁਕਮਾਂ ਨੂੰ ਜਾਰੀ ਕਰ ਦਿੱਤਾ ਗਿਆ ਹੈ। ਅਤੇ 60 ਦਿਨਾਂ ਦੇ ਲਈ, ਤਾਂ ਵੱਡੀ ਖਬਰ ਹੈ, 60 ਦਿਨਾਂ ਦੇ ਲਈ ਚੰਡੀਗੜ੍ਹ ਦੇ ਵਿੱਚ ਧਾਰਾ 144 ਲੱਗਣ ਜਾ ਰਹੀ ਹੈ। ਤਾਂ ਵੱਡੀ ਖਬਰ ਹੈ, ਹੁਣ ਵੇਖਣਾ ਇਹ ਹੋਵੇਗਾ ਕਿ ਇਹ ਹੁਕਮ ਕਦ ਤੱਕ ਚੱਲਦੇ ਨੇ। ਹਾਲੇ ਤੱਕ ਦੇ ਹੁਕਮਾਂ ਦੇ ਅਨੁਸਾਰ, ਹਾਲੇ ਤੱਕ ਦੀ ਜਾਣਕਾਰੀ ਅਨੁਸਾਰ ਤੁਹਾਨੂੰ ਦੱਸ ਦਈਏ ਕਿ ਧਾਰਾ 144 ਦੇ ਅੰਦਰ ਤੁਸੀਂ 5 ਤੋਂ ਵੱਧ ਜਣੇ ਇਕੱਠੇ ਨਹੀਂ ਹੋ ਸਕਦੇ, ਜਲੂਸ ਨਹੀਂ ਕੱਢ ਸਕਦੇ, ਨਾ ਹੀ ਕੋਈ ਕੈਂਡਲ ਮਾਰਚ ਕਰ ਸਕਦੇ ਹੋ, ਨਾ ਹੀ ਕੋਈ ਪ੍ਰਦਰਸ਼ਨ ਕਰ ਸਕਦੇ ਹੋ ਅਤੇ ਨਾ ਹੀ ਕੋਈ ਰੈਲੀ ਕਰ ਸਕਦੇ ਹੋ। ਇਹਨਾਂ ਦੇ ਨਾਲ ਨਾਲ ਨਾ ਹੀ ਤੁਸੀਂ ਲਾਠੀ ਡੰਡੇ ਹਥਿਆਰ ਲੈ ਕੇ ਚੰਡੀਗੜ੍ਹ ਦੇ ਵਿੱਚ ਦਾਖਲ ਹੋ ਸਕਦੇ ਹੋ, ਤੁਹਾਡੇ 'ਤੇ ਕਾਰਵਾਈ ਕੀਤੀ ਜਾ ਸਕਦੀ ਹੈ। ਟਰੈਕਟਰ ਦੀ ਜਿਹੜੀ ਮੂਵਮੈਂਟ ਹੈ, ਟਰੈਕਟਰਾਂ ਦੀ ਮੂਵਮੈਂਟ ਹੈ, 2, 3, 4, 5 ਇਹ ਤੋਂ ਵੱਧ ਟਰੈਕਟਰਾਂ ਦੀ ਜਿਹੜੀ ਮੂਵਮੈਂਟ ਹੈ ਉਹਦੇ 'ਤੇ ਵੀ ਬੈਨ ਲੱਗ ਚੁੱਕਾ ਹੈ। ਤਾਂ ਵੱਡੀ ਖਬਰ ਹੈ, ਵੱਧ ਤੋਂ ਵੱਧ ਸ਼ੇਅਰ ਕਰੋ। ਚੰਡੀਗੜ੍ਹ ਦੇ ਵਿੱਚ ਧਾਰਾ 144 ਉਹ ਵੀ 60 ਦਿਨਾਂ ਦੇ ਲਈ ਲੱਗ ਗਈ ਹੈ।